ਤਾਂ ਟਕਸਾਲੀ ਪਹੁੰਚ ਚੁੱਕੇ ਨੇ ਚੋਣ ਕਮਿਸ਼ਨ ਦੇ ਦਫ਼ਤਰ, ਚੋਣ ਕਮਿਸ਼ਨ ਦੇ ਦਰਬਾਰ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਕਾਂਗਰਸ ਨੇ ਇਸ ਮੁੱਦੇ ਨੂੰ ਲੈ ਕੇ ਅਕਾਲੀ ਦਲ ਤੇ ਹਮਲਾ ਬੋਲਿਆ। ਕਾਂਗਰਸ ਵਿਧਾਇਕ ਰਾਜਕੁਮਾਰ ਵੀਰਕਾ ਨੇ ਚੋਣ ਕਮਿਸ਼ਨ ਤੋਂ ਮਾਮਲੇ 'ਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਨਾਲ ਹੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪੰਥ ਦੇ ਵਿੱਚੋਂ ਛੇਕੇ ਜਾਣ ਦੀ ਮੰਗ ਵੀ ਵੀਰਕਾ ਕਰ ਰਹੇ ਨੇ। ਗੁਰਦੁਆਰੋਂ ਕਾ ਜਿਸ ਤਰੀਕੇ ਸੇ ਗੈਰ ਜ਼ਿੰਮੇਦਾਰਨਾ ਤਰੀਕੇ ਸੇ ਇਸਤੇਮਾਲ ਕਰ ਰਹੇ ਹੈ ਔਰ ਗੁਰੂ ਕੀ ਗੋਲਕ ਸੇ ਪੈਸੇ ਨਿਕਾਲ ਕੇ ਇਲੈਕਸ਼ਨ ਪੇ ਖਰਚ ਕਰ ਰਹੇ ਹੈ, ਗੁਰਦੁਆਰੋਂ ਕਾ ਲੰਗਰ ਇਲੈਕਸ਼ਨ ਪੇ ਲਗਾ ਰਹੇ ਹੈ ਔਰ ਦੂਸਰੀ ਤਰਫ ਬਿਕਰਮ ਸਿੰਘ ਮਜੀਠੀਆ ਕੀ ਹਾਜ਼ਰੀ ਮੇ ਦਾਰੂ ਵਰਤਾਇਆ ਜਾਤਾ ਹੈ, ਨਸ਼ੇ ਬਾਟੇ ਜਾ ਰਹੇ ਹੈ, ਟੋਟਲ ਮੀਡੀਆ ਨੇ ਦਿਖਾਇਆ ਹੈ, ਇਲੈਕਸ਼ਨ ਕਮਿਸ਼ਨ FIR ਤੁਰੰਤ ਦਰਜ ਕਰਵਾਏ ਔਰ ਅਕਾਲ ਤਖ਼ਤ ਕਾ ਜਥੇਦਾਰ ਸਿੱਖ ਪੰਥ ਸੇ ਖਾਰਜ ਕਰੇ ਇਨਕੋ, ਕਿਉਂਕਿ ਇਹ ਸਿੱਖ ਇਤਿਹਾਸ ਮੇ ਕਲੰਕਿਤ ਬਾਤ ਹੈ।